ओके दी रिपोर्ट आ जावा हाँ जी सत श्रीकाल जी सारयां नूं ते लो जी स्वागत है जी नवे व्लॉग दे विच ते अज मैं व्लॉग अपने नॉर्मल टाइम नालों थोड़ा छेती स्टार्ट करने आ वैसे आपां व्लॉग 12 1 बज जांदे स्टार्ट करन च आपां नूं ते पर अज दा व्लॉग है 10 बजे स्टार्ट कीता मैं ते तुसीं समझो भी हुण जी मैं काम स्टार्ट कीता अपने सैटअप ते बाकी चलो वेहने आ शाम तक किन्ना कु काम हुंदा है ये दो काम मेन ने एक तो आप 9:11 की शो चेंज करनी है जिहड़ी कल तैयार की सी आपां ਤੇ ਇਹਨੀਆਂ ਲਾਈਟਾਂ ਦੀ ਫਿਟਿੰਗ ਕਰਨ ਵਾਸਤੇ ਵੀ ਮੈਂ ਸਾਂਚੇ ਵਗੈਰਾ ਪ੍ਰਿੰਟ ਕਰਨੇ ਨੇ ਉਹ ਕਰਦਾ ਵਾਂ ਤੇ ਦੂਜੇ ਨੰਬਰ ਤੇ ਨਿਊਜ਼ੀਲੈਂਡ ਦੇ ਮੜਗਾੜ ਤੇ ਇਹਦਾ ਪਲੇਟਫਾਰਮ ਇਹਨਾਂ ਦੀ ਵੀ ਸੈਟਿੰਗ ਕਰਨੀ ਹੈ ਤੇ ਸ਼ੂਟਿੰਗ ਦਾ ਕੰਮ ਵੀ ਹੈਗਾ ਵੈਸੇ ਤੇ ਅੱਜ ਬਾਹਰ ਨਹੀਂ ਅੰਦਰ ਹੀ ਜਿਵੇਂ ਆ ਟ੍ਰੈਕਟਰ ਅਸੈਂਬਲ ਹੋਣਗੇ ਨਿਊਜ਼ੀਲੈਂਡ ਦਾ ਪਲੇਟਫਾਰਮ ਬਣੂਗਾ ਇਹਦੀ ਵੀ ਸ਼ੂਟਿੰਗ ਕਰਨੀ ਪਊਗੀ ਆਪਾਂ ਨੂੰ ਤੇ ਬਾਕੀ ਵਿਹਨਾ ਵਾਂ ਇੱਕ ਵਾਰੀ ਕੰਪਿਊਟਰ ਚਲਾਉਣਾ ਵਾਂ ਡਿਜ਼ਾਈਨ ਕਰਦਾ ਵਾਂ ਜਿਹੜੇ ਜਿਹੜੇ ਮੇਨ ਚੀਜ਼ਾਂ ਡਿਜ਼ਾਈਨ ਕਰਨ ਵਾਲੀਆਂ ਤੇ ਉਸ ਤੋਂ ਇਲਾਵਾ ਵਿੱਚ ਐਡੀਟਿੰਗ ਵੀ ਕਰਨੀ ਪਊ ਮੈਨੂੰ ਟੋਚਨ ਵਾਲੀਆਂ ਵੀਡੀਓ ਅਪਲੋਡ ਕਰਨੀਆਂ ਤੇ ਮੈਨੂੰ ਲੱਗਦਾ ਪਿਛਲੇ 1-2 ਦਿਨ ਮੈਂ ਅਪਲੋਡ ਕੀਤੀ ਨਹੀਂ ਵੀਡੀਓ ਤੇ ਟੋਚਨ ਵਾਲੀ ਵੀਡੀਓ ਵੀ ਐਡਿਟ ਕਰਨੀ ਪੈਣੀ ਹੈ ਤੇ ਇਦਾਂ ਦੇ ਕੰਮ ਵਿੱਚ ਆਉਂਦੇ ਰਹਿੰਦੇ ਨੇ ਕਿਉਂਕਿ ਮਾਡਲਾਂ ਦੇ ਨਾਲ ਫਿਰ ਉਹ ਵੀ ਕੰਮ ਕਰਨਾ ਪੈਂਦਾ ਹੈ ਐਡੀਟਿੰਗ ਵਾਲਾ ਇਸ ਕਰਕੇ ਥੋੜਾ ਕੰਮ ਸਲੋ ਹੀ ਚੱਲਦਾ ਆਪਣਾ ਕਿਉਂਕਿ ਕਈ ਵਾਰਾਂ ਦੇ ਕਮੈਂਟ ਆਉਂਦਾ ਸੀਗੇ ਕਿ ਕੰਮ ਬਹੁਤ ਸਲੋ ਹੈ ਉਹ ਤਾਂ ਮੈਨੂੰ ਵੀ ਪਤਾ ਸਲੋ ਹੈ ਕਿਉਂਕਿ ਕਾਫੀ ਟਾਈਮ ਹੋ ਗਿਆ ਇਹਨਾਂ ਰੇਟਰਾਂ ਨੂੰ ਸਟਾਰਟ ਕੀਤਿਆਂ ਨੂੰ ਪਰ ਹੁਣ ਡੇਲੀ ਡੇਲੀ ਕੋਈ ਕੰਮ ਆ ਜਾਂਦਾ ਹੈ ਘਰੇ ਥੱਲੇ ਕੋਈ ਕੰਮ ਹੁੰਦਾ ਕਰਨ ਵਾਲਾ ਇਸ ਕਰਕੇ ਕੰਮ ਫਿਰ ਆਰਾਮ ਨਾਲ ਹੀ ਕਰਦੇ ਆ ਆਪਾਂ ਕੋਈ ਕਾਹਲੀ ਤੇ ਹੈ ਨਹੀਂ ਕਿ ਮਾਡਲ ਆਪਾਂ ਹਫਤੇ ਜਾਂ 10 ਦਿਨਾਂ ਬਣਾ ਕੇ ਕਿਸੇ ਨੂੰ ਦੇਣਾ ਤੇ ਆਪਾਂ ਸ਼ੌਂਕ ਨੂੰ ਮੋਡੀਫਾਈ ਕਰਨਾ ਆ ਤੇ ਪੂਰਾ ਤਸੱਲੀ ਨਾਲ ਜਦੋਂ ਵੀ ਤਿਆਰ ਹੋਊਗਾ ਤੁਹਾਨੂੰ ਪਤਾ ਲੱਗ ਜੂਗਾ ਠੀਕ ਆ ਬਾਕੀ ਇਦਾਂ ਵੀ ਆ ਪੰਗੇ ਲਏ ਸੀ ਆ ਦੋ ਤੇ ਮੈਂ ਥੋੜੇ ਜਿਹੇ ਲੰਮੇ ਤਾਂ ਤੁਰ ਗਏ ਕਿਉਂਕਿ ਆ ਇੰਜਨ ਵਾਲਾ ਪੰਗਾ ਲੈ ਲਿਆ 2 ਸਪੀਡ ਬਣਾਤਾ ਨਿਊਜ਼ੀਲੈਂਡ ਵੀ 2 ਸਪੀਡ ਹੈ ਬ੍ਰੇਕਾਂ ਲਾਈਆਂ ਨੇ ਇਹਦੇ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਨਾਰਮਲ ਟ੍ਰੈਕਟਰ ਜਿਹੜੇ ਨੇ ਮੈਂ 10 ਦਿਨ ਚ ਤਿਆਰ ਕਰ ਦੇਣਾ ਉਹਨਾਂ ਬਾਕੀ ਚਲੋ ਅੱਗੇ ਹੋਰ ਟ੍ਰੈਕਟਰ ਬਣਾਵਾਂਗੇ ਆਪਾਂ ਉਹ ਕੋਸ਼ਿਸ਼ ਕਰਾਂਗੇ ਕਿ ਛੇਤੀ ਤੋਂ ਛੇਤੀ ਬਣਾਈਏ ਠੀਕ ਹੈ ਹੁਣ ਮੈਂ ਇੱਕ ਵਾਰੀ ਕੰਪਿਊਟਰ ਚਲਾਉਣਾ ਵਾਂ ਤੇ ਜਿੰਨਾ ਵੀ ਡਿਜ਼ਾਈਨਿੰਗ ਦਾ ਕੰਮ ਹੈ ਪ੍ਰਿੰਟਰ ਤੋਂ ਰਿਲੇਟਡ ਉਹ ਮੈਂ ਕਰ ਲੈਣਾ ਵਾਂ ਹੁਣ ਵੇਖੋਂਦੇ ਕਿੰਨਾ ਟਾਈਮ ਲੱਗਦਾ ਘੰਟਾ ਲੱਗਦਾ ਡੇਢ ਲੱਗਦਾ 2 ਲੱਗਦੇ ਉਹ ਸਾਰਾ ਤੁਹਾਨੂੰ ਪਤਾ ਲੱਗ ਜੂਗਾ ਅੱਗੇ ਠੀਕ ਹੈ ਜੀ ਦੂਜੇ ਨੰਬਰ ਤੇ ਆ ਵੀ ਆ ਗਿਆ ਆਈਟਮ ਤੇ ਇਹਨੇ ਵੀ ਆਪਦੇ ਟ੍ਰੈਕਟਰ ਤੇ ਕੰਮ ਕਰਨਾ ਤੇ ਮੇਜ ਇਹਦੇ ਵਾਸਤੇ ਵੀ ਥੋੜਾ ਟਾਈਮ ਖਾਲੀ ਕਰਨਾ ਪਊਗਾ ਬਾਕੀ ਚਲੋ ਹੁਣ ਆਪਾਂ ਨੂੰ ਮੌਕੇ ਤੇ ਇੱਧਰ ਕੰਮ ਹੈ ਕੰਪਿਊਟਰ ਆਪਣੇ ਤੇ ਤੇ ਉਹਨਾਂ ਜਰ ਮੈਂ ਗੋਪੀ ਨੂੰ ਕਹਿਣਾ ਵਾ ਉਹ ਆਪਦੇ ਟ੍ਰੈਕਟਰ ਤੇ ਕੰਮ ਕਰ ਲੂ ਜਿਹੜਾ ਕਰਨ ਵਾਲਾ ਹੈ ਤੇ ਆਪਾਂ ਉਹਨਾਂ ਜਰ ਕੰਪਿਊਟਰ ਤੇ ਕਰ ਲੈਨੇ ਆ ਉਹ ਵੀ ਮੁੰਡਿਓ ਪੂਰਾ 1 ਘੰਟਾ ਲੱਗਾ ਆ ਪਲੇਟਫਾਰਮ ਡਿਜ਼ਾਈਨ ਕਰਨ ਚ ਤੇ ਆ ਵੇਖੋ ਮੌਕੇ ਤੇ ਨਿਊਜ਼ੀਲੈਂਡ ਦਾ ਪਲੇਟਫਾਰਮ ਡਿਜ਼ਾਈਨ ਕਰ ਲਿਆ ਮੈਂ ਇਦਾਂ ਦਾ ਸੀਗਾ ਤੇ ਆਪਦੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪੂਰਾ ਪੂਰਾ ਇਹਦੇ ਉੱਤੇ ਪ੍ਰਿੰਟ ਹੋਵੇ ਆ ਜਿਹੜਾ ਗੇਅਰ ਚੇਂਜ ਕਰਨ ਵਾਲਾ ਹੈ ਇਹ ਵੀ ਆਪਸ਼ਨ ਮੈਂ ਇਹਦੇ ਵਿੱਚ ਛੱਡਿਆ ਹੋਇਆ ਅੱਗੇ ਵੇਖਾਂਗੇ ਜਿਹਦੇ ਉੱਤੇ ਗੇਅਰ ਲਾਉਣਾ ਹੋਇਆ ਤਾਂ ਠੀਕ ਹੈ ਨਹੀਂ ਤਾਂ ਇਦਾਂ ਹੱਥ ਨਾਲ ਵੀ ਇਹ ਮੈਨੂਅਲੀ ਹੋ ਸਕਦਾ ਤੇ ਬਸ ਹੁਣ ਇਹਨੂੰ ਪ੍ਰਿੰਟ ਕਰਨਾ ਲਾਉਣਾ ਟਾਈਮ ਹੁਣ ਪਤਾ ਨਹੀਂ ਕਿੰਨਾ ਲੱਗੂ ਇਹਨੂੰ ਪ੍ਰਿੰਟ ਹੋਣ 'ਚ ਇਹ ਪ੍ਰਿੰਟ ਹੋਊਗਾ ਇਹਦੇ ਉੱਤੇ ਰੱਖ ਕੇ ਵੇਖਾਂਗੇ ਟ੍ਰੈਕਟਰ ਤੇ ਉਸ ਤੋਂ ਬਾਅਦ ਫਿਰ ਅੱਗੇ ਇਹਦੀ ਯੂ ਪਾਈਪ ਮੜਗਾੜ ਜਿਹੜਾ ਕੰਮ ਹੋਣਾ ਉਦੋਂ ਬਾਅਦ ਹੋਣਾ ਸਾਉਣਾ ਪਹਿਲਾਂ ਇਹਦਾ ਪਲੇਟਫਾਰਮ ਬਣਨਾ ਮੇਨ ਤੇ ਬਾਕੀ ਚਲੋ ਇਹ ਕਰਦਾ ਇੱਧਰ ਕੰਮ ਆਪਾਂ ਉਹਨਾਂ ਚਿਰ ਐਡੀਟਿੰਗ ਕਰ ਲੈਂਦੇ ਹਾਂ ਕਿਉਂਕਿ ਐਡੀਟਿੰਗ ਵੀ ਜ਼ਰੂਰੀ ਹੈ ਤੇ ਉਹ ਕੰਮ ਕਰ ਲੈਣਾ ਉਹਨੇ ਤੈਨੂੰ ਇਹ ਫ੍ਰੀ ਹੋ ਜੂਗਾ ਫਿਰ ਆਪਾਂ ਮੇਜ ਤੇ ਉਹ ਸ਼ੂਟਿੰਗ ਵਾਲਾ ਕੰਮ ਕਰ ਲਾਂਗੇ ਜਿਹੜਾ V8 ਦੇ ਮੜਗਾੜ ਲਾਉਣੇ ਆ ਬਾਕੀ ਸਾਉਣਾ ਪਹਿਲਾਂ ਤਾਂ ਮੈਂ ਪ੍ਰਿੰਟਰ ਚਲਾਉਣਾ ਵਾ ਇਹਨੂੰ ਪ੍ਰਿੰਟ ਕਰਨਾ ਲਾਉਣਾ ਤੇ ਉਹਦੇ ਬਾਅਦ ਟੋਚਨ ਵਾਲੀ ਵੀਡੀਓ ਦੀ ਕਰਦੇ ਆ ਐਡੀਟਿੰਗ ਲੋ ਵੀ ਮੁੰਡਿਓ ਵੀਡੀਓ ਐਡਿਟ ਹੋ ਚੁੱਕੀ ਆ ਟੋਚਨ ਵਾਲੀ ਤੇ ਇੱਥੇ ਰੈਂਡਰ ਕਰਨੀ ਲਾਤੀ ਹੈ ਮੈਂ ਆ ਟੋਚਨ ਕੋਇਆ ਹੈ ਜੂਨੀਅਰ ਵਰਸਿਸ ਸਵਰਾਜ ਨੀਲਾ ਸਵਰਾਜ ਸੀਗਾ ਸਵਰਾਜ ਦਾ ਟਰਬੋ ਪਾਟ ਗਿਆ ਸੀਗਾ ਤੇ ਕਾਲਾ ਧੂਆਂ ਹੀ ਧੂਆਂ ਹੋ ਗਿਆ ਸੀਗਾ ਸਾਰੇ ਪਾਸੇ ਸਟੇਜ ਤੇ ਵੀ ਤੇ ਬੜੀ ਭਜਨਸ ਹੋਈ ਸੀ ਉਦੋਂ ਤੇ ਉਹੀ ਵੀਡੀਓ ਹੈ ਅੱਜ ਕੋਈ 6 ਮਿੰਟ ਦੀ ਵੀਡੀਓ ਹੈ ਤੇ ਰੈਂਡਰ ਆਉਂਦਾ ਹੀ ਹੈ 1-1.5 ਮਿੰਟ ਲੱਗੂਗਾ ਰੈਂਡਰ ਹੋਣ 'ਚ ਅਪਲੋਡ ਹੋਣ 'ਚ ਕੋਈ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਕਿਉਂਕਿ ਇਸ ਟਾਈਮ ਹੁਣ ਨੈਟਵਰਕ ਉਹਨਾਂ ਕੋਈ ਆਉਣਾ ਆ ਮੌਕੇ ਤੇ 12 ਵੱਜਣ ਵਾਲੇ ਨੇ ਤੇ ਨੈਟਵਰਕ ਦੀ ਥੋੜੀ ਜਿਹੀ ਪ੍ਰੋਬਲਮ ਆਈ ਇੱਥੇ ਟਾਣੀ ਤੇ ਇਸ ਕਰਕੇ ਟਾਈਮ ਹਜੇ ਕੋਈ ਪਤਾ ਨਹੀਂ ਕਿੰਨਾ ਲੱਗੂਗਾ ਬਾਕੀ ਚਲੋ ਡੇਲੀ ਦੀ ਆਪਾਂ ਨਾਰਮਲੀ 1 ਵੀਡੀਓ ਅਪਲੋਡ ਕਰਦੇ ਆ ਪਹਿਲਾਂ ਤੇ ਕਰਦੇ ਸੀਗੇ ਹੁਣ ਦੇ ਵਿੱਚ ਟਾਈਮ ਨਹੀਂ ਲੱਗਦਾ 1-2 ਦਿਨ ਰੁਕ ਕੇ ਆਉਂਦੀ ਵੀਡੀਓ ਤੇ ਅੱਗੇ ਕੋਸ਼ਿਸ਼ ਕਰਾਂਗਾ ਮੈਂ 1 ਦਿਨ ਤੋਂ ਬਾਅਦ 1 ਵੀਡੀਓ ਅਪਲੋਡ ਕਰਦਾ ਕਰਾਂ ਤੇ ਬਸ ਆਹ ਵੀਡੀਓ ਅਪਲੋਡ ਕਰਦੇ ਆ ਤੇ ਉਧਰ ਪ੍ਰਿੰਟਰ ਵੀ ਆਪਣਾ ਚੱਲਣ ਦਿਆ ਹੈ ਤੇ ਇਹਦੇ ਤੋਂ ਵੀ ਆਪਾਂ ਛੇਤੀ ਕਬਜ਼ਾ ਛਡਾ ਲੈਣਾ ਬਸ ਇਹਦਾ ਟ੍ਰੇਡਰ ਤਿਆਰ ਹੋਣ ਵਾਲਾ ਤੇ ਉਦੋਂ ਬਾਅਦ ਫਿਰ ਕੈਮਰਾ ਸੈੱਟ ਕਰਕੇ ਤੇ ਉਹਦੇ ਮੜਗਾੜ ਲਾਉਨੇ ਆ ਤੇ ਲੋ ਵੀ ਮੁੰਡਿਓ ਵੀਡੀਓ ਅਪਲੋਡ ਕਰਤੀ ਸੀ ਆਪਾਂ ਟੋਚਨ ਵਾਲੀ ਤੇ ਮੈਕਬੁੱਕ ਅਜੇ ਉੱਥੇ ਪਈ ਚੱਕਿਆ ਨਹੀਂ ਮੈਂ ਸਮਾਨ ਤੇ ਕੈਮਰਾ ਕੱਢ ਲਿਆ ਸੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ ਆਪਾਂ ਮੜਗਾੜ ਲਾਉਨੇ ਆ ਆ ਟ੍ਰੈਕਟਰ ਦੇ ਤੇ ਮੜਗਾੜਾਂ ਦੀ ਫਿਟਿੰਗ ਹੋ ਚੁੱਕੀ ਆ ਐ ਫੁੱਲ ਮਜ਼ਬੂਤ ਮੜਗਾੜ ਲੱਗੇ ਨੇ ਕੱਚਾ ਕੰਮ ਨਹੀਂ ਕੀਤਾ ਆਪਾਂ ਬਿਲਕੁਲ ਹੀ ਇਹਦੇ 'ਚ ਤੇ ਇੰਜਨ ਤੇ ਪਹਿਲਾਂ ਹੀ ਫਿੱਟ ਸੀਗਾ ਆਪਣਾ V8
ਸਾਰੀ ਓਕੇ ਦੀ ਰਿਪੋਰਟ ਹੈ। ਮੌਕੇ 'ਤੇ ਹੁਣ ਵਾਇਰਿੰਗ ਸਾਰੀ ਖਿਲ ਰਹੀ ਪਈ ਹੈ ਅਤੇ ਇਹਦੇ ਵਿੱਚ ਹੁਣ ਮੈਨੂੰ ਜਗ੍ਹਾ ਨਹੀਂ ਲੱਭਦੀ ਵੀ ਬੈਟਰੀ ਕਿੱਥੇ ਰੱਖਾਂ ਅਤੇ ਰਿਸੀਵਰ ESC ਵੀ ਨਾਲ ਸੱਚ ਹਜੇ ESC ਵੀ ਨਹੀਂ ਲੱਗੀ ਹੋਈ ਅਤੇ ਮੇਨ ਇਹਦੇ ਵਿੱਚ ਜਗ੍ਹਾ ਸਾਰੀ ਆ ਹੀ ਥਾਂ ਹੈ ਖਾਲੀ ਹੁਣ ਮੌਕੇ 'ਤੇ। ਜੇ ਇੱਦਾਂ ਮੈਨੂੰ ਕਵਰ ਕਰ ਦੇਣਾ ਵਾ ਫਿਰ ਟਰੇਡਰ ਸੋਹਣਾ ਨਹੀਂ ਲੱਗਣਾ ਵੇਖਣ 'ਚ, ਜਾਂ ਇੱਥੇ ਜੇ ਮੈਂ ਡੱਬਾ ਬਣਾਉਂਦਾ ਸਮਾਨ ਰੱਖਣ ਲਈ ਤਾਂ ਵੀ ਸੋਹਣਾ ਨਹੀਂ ਲੱਗਣਾ ਅਤੇ ਕੋਈ ਨਾ ਕੋਈ ਹੋਰ ਜੁਗਾੜ ਲਾਉਣਾ ਪਊਗਾ ਮੈਨੂੰ ਇਹਦੇ ਵਾਸਤੇ ਅਤੇ ਉਹ ਹਜੇ ਸੋਚਿਆ ਨਹੀਂ ਗਾ ਪੱਕਾ। ਮੈਂ ਇੱਕ ਦੋ ਦਿਮਾਗ 'ਚ ਆਈਡੀਆ ਹੈਗੇ ਨੇ ਉਹਨਾਂ 'ਤੇ ਮੈਂ ਕੰਮ ਕਰਦਾ ਵਾਂ, ਜੇ ਉਹ ਸਹੀ ਰਹੇ ਓਕੇ ਦੀ ਰਿਪੋਰਟ ਹੋਈ ਅਤੇ ਫਿਰ ਆਪਾਂ ਉਸ ਤਰੀਕੇ ਨਾਲ ਟਰੇਡਰ ਬਣਾਵਾਂਗੇ। ਠੀਕ ਹੈ ਜੀ, ਅਤੇ ਕੈਮਰਾ ਅਜੇ ਚੱਲਣ ਹੀ ਦਿੰਦੇ ਹਾਂ ਕਿਉਂਕਿ ਆਪਣੇ ਨਿਊਜ਼ੀਲੈਂਡ ਦਾ ਜਿਹੜਾ ਪਲੇਟਫਾਰਮ ਹੈ ਉਹ ਪ੍ਰਿੰਟ ਹੋ ਚੁੱਕਿਆ ਆ ਰਿਹਾ। ਠੀਕ ਹੈ, ਇਹਨੂੰ ਮੈਂ ਪੱਟ ਦਵਾਂ, ਸਭ ਨਾਲੋਂ ਪਹਿਲਾਂ ਇਹਨੂੰ ਅਸੈਂਬਲ ਕਰਾਂਗੇ ਨਿਊਜ਼ੀਲੈਂਡ 'ਤੇ, ਉਦੋਂ ਬਾਅਦ ਫਿਰ ਅੱਗੇ ਵਹਿੰਦੇ ਹਾਂ ਇਹਦੇ ਮੜਗਾੜ ਵਗੈਰਾ ਹੋਰ ਜੋ ਕੁਛ ਵੀ ਇਹਦੇ ਵਾਸਤੇ ਡਿਜ਼ਾਇਨ ਕਰਨਾ। ਉਹ ਵੀ ਮੁੰਡੇ ਉਹ ਮੌਕੇ 'ਤੇ ਟਾਈਮ ਤੁਸੀਂ ਵੇਖ ਲਓ 5 ਵੱਜ ਹੀ ਗਏ ਨੇ ਇੱਕ ਹਿਸਾਬ ਦੇ, ਅਤੇ ਸਵੇਰ ਦਾ ਨਿਊਜ਼ੀਲੈਂਡ 'ਤੇ ਲੱਗਾ ਹੋਇਆ, ਬਹੁਤ ਮੱਥਾ ਖਵਾਈ ਕਰਾਈ ਇਹਨੇ, ਨੈੱਟਵਰਕ ਪ੍ਰੋਬਲਮ ਵੀ ਆ ਰਹੀ ਹੈ। ਠੀਕ ਹੈ, ਫਾਈਲਾਂ ਲੋਡ ਹੀ ਨਹੀਂ ਹੋ ਰਹੀਆਂ, ਕਾਫੀ ਟਾਈਮ ਹੋ ਗਿਆ ਫਾਈਲ ਮੈਂ ਇੰਪੋਰਟ ਕਰਨ ਦਿਆ ਸੀਗਾ ਅਤੇ ਹਜੇ ਤੱਕ ਫਾਈਲ ਹੀ ਨਹੀਂ ਇੰਪੋਰਟ ਹੋਈ। ਅਤੇ ਆਹ ਮਡਗਾੜ ਦਾ ਡਿਜ਼ਾਇਨ ਜਿਹਦੇ 'ਤੇ ਆਪਾਂ ਕੰਮ ਕਰਨ ਦਿਆ ਸੀਗੇ, ਜਿਹਦੇ ਕਾਫੀ ਸੁਧਾਰ ਕਰਨੇ ਨੇ, ਆਹ ਵੇਖੋ ਬਹੁਤ ਜ਼ਿਆਦਾ ਪਤਲਾ ਹੈ ਅਤੇ ਡਿਜ਼ਾਇਨ ਵਗੈਰਾ ਸਾਰਾ ਕੁਛ ਹੋਣਾ, ਜਿੰਨਾ ਚਿਰ ਆਹ ਫਾਈਲ ਲੋਡ ਨਹੀਂ ਹੋ ਜਾਂਦੀ ਉਨਾ ਚਿਰ ਕੁਛ ਨਹੀਂ ਕਰ ਸਕਦਾ ਮੈਂ ਇਹਦੇ ਉੱਤੇ। ਅਤੇ ਕਾਫੀ ਟਾਈਮ ਦਾ ਵੇਖਣ ਦਿਆ ਵੇਜੇ, ਨੈੱਟਵਰਕ ਜਮਾਂ ਹੀ ਬੰਦ ਹੋ ਗਿਆ ਸੀ, ਸਾਰਾ ਕੁਝ ਰੀਸਟਾਰਟ ਕੀਤਾ ਅਤੇ ਹਜੇ ਵੀ ਇਹ ਫਾਈਲ ਇੰਪੋਰਟ ਹੋਣ ਦਈ ਹੈ, ਹਜੇ ਤੱਕ ਹੋਈ ਨਹੀਂ ਗਈ। ਹੁਣ ਵੇਖੋ ਕਿੰਨਾ ਟਾਈਮ ਲੱਗਦਾ। ਓਕੇ ਠੀਕ ਹੈ, ਇੰਪੋਰਟਡ, ਚਲੋ ਸ਼ੁਕਰ ਹੈ ਫਾਈਲ 'ਤੇ ਆ ਗਈ ਹੈ ਆਪਣੇ ਕੋਲ। ਅਤੇ ਇਹਦਾ ਸਾਈਡ ਦਾ ਡਿਜ਼ਾਇਨ ਹੈ, ਇਹਨੂੰ ਇਹਦੇ ਨਾਲ ਲਾ ਕੇ ਅਤੇ ਸਾਰੀ ਸੈਟਿੰਗ ਕਰਨੀ ਹੈ ਅਜੇ। ਅਤੇ ਚਲੋ ਇਹ ਕੰਮ ਆਪਾਂ ਕਰਦੇ ਹਾਂ, ਹੁਣ ਕਰਾਂਗੇ ਜਾਂ ਰਾਤ ਨੂੰ ਕਰਾਂਗੇ ਅਜੇ ਕੁਛ ਨਹੀਂ ਕਹਿ ਸਕਦੇ ਕਿਉਂਕਿ 5 ਵੱਜ ਗਏ ਨੇ, 6 ਤੋਂ 6:30 ਦੇ ਵਿੱਚ ਆਪਾਂ ਜਿੰਮ ਜਾਣਾ ਹੁੰਦਾ ਅਤੇ 1 ਘੰਟੇ ਦਾ ਟਾਈਮ ਹੈ ਆਪਣੇ ਕੋਲ। ਅਤੇ ਉਹ ਗੋਪੀ ਨੇ ਵੀ ਰੌਲਾ ਪਾਇਆ, ਕਹਿੰਦਾ ਟਿਊਸ਼ਨ ਕਰਾਉਣੇ ਆ ਅਤੇ ਉੱਧਰ ਵੀ ਟਾਈਮ ਲੱਗ ਜਾਣਾ। ਅਤੇ ਨਿਊਜ਼ੀਲੈਂਡ ਦਾ ਤੁਸੀਂ ਪਲੈਟਫਾਰਮ ਵੇਖ ਲਓ, ਮੈਂ ਫਿੱਟ ਕਰਤਾ ਸੀਗਾ ਪਲੈਟਫਾਰਮ ਫਿੱਟ ਕਰਕੇ ਅਤੇ ਉਸ ਤੋਂ ਬਾਅਦ ਹੀ ਮਡਗਾਰਡਾਂ 'ਤੇ ਕੰਮ ਸਟਾਰਟ ਕੀਤਾ। ਠੀਕ ਹੈ, ਆਹ ਇੱਥੇ ਮੈਂ ਆਪਸ਼ਨ ਦੇ ਤਾ ਗੇਅਰ ਚੇਂਜ ਕਰਨ ਦਾ ਉੱਤੋਂ ਹੀ, ਅਤੇ ਵੇਖੋ ਵੈਸੇ ਤਾਂ ਆਪਾਂ ਇੱਥੋਂ ਥੱਲੋਂ ਵੀ ਗੇਅਰ ਚੇਂਜ ਕਰ ਸਕਦੇ ਹਾਂ ਅਤੇ ਬਾਕੀ ਇੱਥੇ ਵੀ ਮੈਂ ਥਾਂ ਛੱਡਤਾ ਜੇ ਚੇਂਜ ਕਰਨਾ ਹੋਵੇ ਅਤੇ ਵੇਖਾਂਗਾ ਅੱਗੇ ਜੇ ਕੋਈ ਜੁਗਾੜ ਬਣਿਆ ਅਤੇ ਇੱਥੇ ਇੱਕ ਲੀਵਰ ਲਾ ਦਾਂਗਾ ਗੇਅਰ ਵਾਲਾ, ਜਿਹਦੇ ਤੋਂ ਆਪਾਂ ਇਹਨੂੰ ਹਾਈ ਲੋ ਕਰ ਸਕੀਏ ਮੈਨੂਅਲੀ। ਜੇ ਇਨ ਫਿਊਚਰ ਕੱਲ੍ਹ ਨੂੰ ਸਰਵੋ ਵੀ ਲਾਉਣੀ ਪਈ ਹੈ ਇਸ ਥਾਂ 'ਤੇ ਤਾਂ ਆਪਾਂ ਸਰਵੋ ਵੀ ਲਾ ਸਕਦੇ ਹਾਂ। ਠੀਕ ਹੈ, ਉਹ ਤਾਂ ਚਲੋ ਗਾਂਹ ਦੀਆਂ ਗੱਲਾਂ, ਹਜੇ ਤਾਂ ਇੱਦਾਂ ਦਾ ਕੋਈ ਆਪਸ਼ਨ ਆਪਾਂ ਦੇਣਾ ਨਹੀਂ ਸਰਵੋ ਵਾਲਾ। ਕਾਫੀ ਟਾਈਮ ਹੋ ਗਿਆ ਬਾਹਰ ਵਾਲਾ ਸੈਟਅਪ ਵੀ ਨਹੀਂ ਵਿਖਾਇਆ ਆਪਣਾ, ਅਤੇ 1-2 ਵੀਡੀਓ ਵੀ ਸ਼ੂਟ ਕਰਨੀਆਂ ਨੇ, ਉਹ ਵੀ ਛੇਤੀ ਕਰਦੇ ਹਾਂ। ਉਹ ਹਾਂ ਉਹਦੇ ਵਾਲੇ ਟਰੈਕਟਰ ਪਿੱਛੇ ਵਾਟਰ ਟੈਂਕ ਪਾ ਕੇ ਪੰਗੇ ਲੈ ਆਉਂਦੇ ਆ, ਜੇ ਵੇਖ ਲਓ ਆਹੀ ਕੁਛ ਤੇ ਕਰਨਾ ਕਿ ਬਸ ਇਹਨੇ ਜੋ ਕਰਨਾ ਪਊਗਾ। ਮੈਨੂੰ ਲੱਗਦਾ ਤੂੰ ਟੋਚਣਾ ਤੋਂ ਪਹਿਲਾਂ ਹੀ ਖਰਾਬ ਕਰ ਲੈਣਾ। ਕੁਛ ਹੀ ਹੋ ਗਿਆ ਹੁੰਦਾ ਕੋਈ ਚੱਕਰ ਹੀ ਨਹੀਂ। ਚੱਲ ਲੈ ਲਿਆ ਟਰੈਕਟਰ, ਲੈ ਆ ਕਿਹੜੇ ਨਾਲ ਟੂਸ਼ਨ ਕਰਾਉਣਾ ਜੀ। ਲਓ ਵੀ ਮੁੰਡੇ ਉਹ ਟੂਸ਼ਨ ਵਾਲਾ ਕੰਮ ਤਾਂ ਆਪਾਂ ਕਰਤਾ ਡਨ, ਇਸ ਦੇ ਕਰਾਇਆ ਸੀ ਟੂਸ਼ਨ ਗੋਪੀ ਵਾਲੇ ਟਰੈਕਟਰ ਨਾਲ ਅਤੇ ਉਹ ਤੁਸੀਂ ਵੇਖ ਲਿਓ ਉਹਦੇ ਵਲੋਗ 'ਚ। ਅਤੇ ਮੈਂ ਇੱਕ ਮਡਗਾੜ ਪ੍ਰਿੰਟ ਕਰਕੇ ਵੇਖਣ ਲੱਗਾ ਡੈਮੋ ਵਾਸਤੇ ਵੀ ਸਾਈਜ਼ ਵਗੈਰਾ ਸਾਰਾ ਕੁਛ ਸਹੀ ਹੈ, ਅਤੇ ਜੇ ਸਹੀ ਰਿਹਾ ਤਾਂ ਫਿਰ ਦੂਜਾ ਵੀ ਇਹਦੇ ਨਾਲ ਦਾ ਹੀ ਪ੍ਰਿੰਟ ਕਰ ਲਾਂਗੇ ਆਪਾਂ। ਠੀਕ ਹੈ ਜੀ, ਅਤੇ ਫਿਲਾਮੈਂਟ ਚੇਂਜ ਕਰਦਾ ਮੈਂ, ਆਹ ਨਵਾਂ ਫਿਲਾਮੈਂਟ ਖੋਲ੍ਹ ਲਿਆ ਪੈਕਿੰਗ, ਕਿਉਂਕਿ ਨਾ ਉਹ ਦੂਜੇ ਦੋਵੇਂ ਫਿਲਾਮੈਂਟ ਵੇਖੋ ਥੋੜ੍ਹੇ ਥੋੜ੍ਹੇ ਹੀ ਨੇ ਅਤੇ ਆਪਾਂ ਹੁਣੇ ਤੁਰ ਜਾਣਾ ਜਿੰਮ ਅਤੇ ਮਗਰੋਂ ਜੇ ਫਿਲਾਮੈਂਟ ਖਤਮ ਹੋ ਗਿਆ ਫਿਰ ਦਿੱਕਤ ਆ ਜੂਗੀ, ਇਸ ਕਰਕੇ ਮੈਂ ਨਵਾਂ ਹੀ ਪੈਕ ਕੱਢ ਲਿਆ। ਅਤੇ ਚੇਂਜ ਕਰਦੇ ਹਾਂ ਫਿਲਾਮੈਂਟ ਅਤੇ ਪ੍ਰਿੰਟਰ ਕਰਦਾ ਆਪਦਾ ਕੰਮ ਅਤੇ ਆਪਾਂ ਚੱਲਾਂਗੇ ਜਿੰਮ। ਇੱਥੇ ਹੋ ਗਿਆ ਪ੍ਰਿੰਟ ਹੋਣਾ ਸਟਾਰਟ ਅਤੇ ਬਸ ਆਪਾਂ ਹੁਣ ਚੱਲਦੇ ਹਾਂ, ਆਪਣੀ ਤਿਆਰੀ ਹੈ ਜਿੰਮ ਦੀ, ਬਾਰੀ ਕਰ ਲਈਏ ਬੰਦ। ਠੀਕ ਹੈ, ਅਤੇ ਜਿੰਮ ਤੋਂ ਆ ਕੇ ਆਪਾਂ ਹੋਲੈਂਡ 'ਤੇ ਬਿਲਕੁਲ ਹੀ ਨਹੀਂ ਕੰਮ ਕਰਨਾ, ਜਿੰਨਾ ਕਰਨਾ ਸੀ ਹੋ ਗਿਆ, ਆਹ ਟਰੈਕਟਰ 'ਤੇ ਵੀ ਕੋਈ ਕੰਮ ਨਹੀਂ ਹੋਊਗਾ, ਬਸ ਆ ਗਿਆ ਆਪਾਂ ਆਹ ਟਰੈਕਟਰ 'ਤੇ ਕੰਮ ਕਰਨਾ, 8:11 ਦੀ ਸ਼ੋਅ ਚੇਂਜ ਕਰਨੀ ਹੈ। ਉਦੋਂ ਬਾਅਦ ਫਿਰ ਵੇਖਦੇ ਹਾਂ ਕੱਲ੍ਹ ਵਾਲੇ ਟੋਚਨਾਂ ਦਾ ਕੀ ਪ੍ਰੋਗਰਾਮ ਹੈ, ਕਿਉਂਕਿ ਅੱਜ ਵਾਲੇ ਟੋਚਨਾਂ 'ਚ ਤਾਂ ਬਹੁਤ ਮਾੜਾ ਹੋਇਆ, ਕੱਲ੍ਹ ਵਾਲਿਆਂ 'ਚ ਆਪਾਂ ਕੋਸ਼ਿਸ਼ ਕਰਾਂਗੇ ਬੈਸਟ ਦੇਣ ਦੀ। ਠੀਕ ਹੈ, ਲਓ ਵੀ ਮੁੰਡਿਓ ਜਿੰਮ ਤੋਂ ਆ ਗਏ ਸੀ ਆਪਾਂ ਵਾਪਸ, ਅਤੇ ਮਡਗਾੜ ਦਾ ਡੈਮੋ ਜਿਹੜਾ ਪ੍ਰਿੰਟ ਹੋ ਚੁੱਕਿਆ ਇੱਥੇ, ਅਤੇ ਇਹ ਬੜਾ ਜ਼ਿਆਦਾ ਪਤਲਾ ਹੈ। ਠੀਕ ਹੈ, ਆਹ ਵੇਖੋ ਮਤਲਬ ਤਾਂ 2 ਕੁ MM ਦਾ, 2 ਵੀ ਕਹਦਾ 1 MM ਦਾ ਹੋਊਗਾ,
ਇਹਦੀ ਮੋਟਾਈ ਜਿਹੜੀ ਹੈ। ਬਾਕੀ ਚਲੋ ਆਪਾਂ ਦੇ ਚੈੱਕ ਹੀ ਕਰਨਾ ਕਿ ਸਾਈਜ਼ ਸਹੀ ਹੈ, ਕਿਉਂਕਿ ਇਹਦਾ ਡੈਮੋ ਹੀ ਸੀਗਾ ਓਰੀਜਨਲ, ਅਤੇ ਆਪਾਂ ਫਿਰ ਬਾਅਦ 'ਚ ਪ੍ਰਿੰਟ ਕਰਾਂਗੇ। ਪਹਿਲਾਂ ਸਾਈਜ਼ ਚੈੱਕ ਕਰ ਲਈਏ। ਸਾਈਜ਼ ਹਾਂ, ਸਾਈਜ਼ ਤਾਂ ਠੀਕ ਹੈ ਵੈਸੇ, ਇੰਨੀ ਉਚਾਈ ਵੀ ਬਹੁਤ ਹੈ, ਹੈ ਨਾ, ਬਿਲਕੁਲ ਐਂ ਬਰਾਬਰ ਹੈ। ਅਤੇ ਆਹ ਮੋਟਾਈ ਥੋੜ੍ਹੀ ਜ਼ਿਆਦਾ ਹੈ, ਇਸ ਰੋਕ ਨੂੰ ਇਹ ਘੱਟ ਕਰਨੀ ਪਊਗੀ, ਸਿਰਫ ਇੰਨਾ ਕੁ ਟਾਇਰ ਕਵਰ ਹੋਵੇ ਇਹਦੇ। ਠੀਕ ਹੈ, ਚਲੋ ਆਪਾਂ ਨੂੰ ਡੈਮੋ ਮਿਲ ਗਿਆ, ਇਹਦੇ 'ਤੇ ਆਪਾਂ ਕੰਮ ਕਰਾਂਗੇ ਹੁਣ ਕੱਲ੍ਹ, ਕਿਉਂਕਿ ਜਿੱਥੋਂ ਤੱਕ ਮੈਨੂੰ ਲੱਗਣ ਦਿਆ ਹੁਣ ਤਾਂ ਆਪਣਾ 9:11 ਹੀ ਤਿਆਰ ਹੋ ਜੇ, ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਟਾਈਮ 8 ਵਜੇ ਨੇ ਅਤੇ 2 ਘੰਟੇ ਤੁਸੀਂ ਮੰਨ ਕੇ ਚੱਲੋ ਆਰਾਮ ਨਾਲ ਲੱਗ ਜਾਣਗੇ ਇਹਨੂੰ ਫੀਟਿੰਗ 'ਚ, ਤਾਂ ਜ਼ਿਆਦਾ ਟਾਈਮ ਨਹੀਂ ਲੱਗਣਾ, ਮੇਨ ਸਾਹਮਣੇ ਜ਼ਿਆਦਾ ਟਾਈਮ ਖਾਊ। ਆ ਗਲੀਆਂ ਲਾਈਟਾਂ ਅਤੇ ਪਲੱਸ ਇਹਦੀ ਰਿਕੋਰਡਿੰਗ, ਠੀਕ ਹੈ, ਆਪਾਂ ਮੇਕਿੰਗ ਦੀ ਵੀਡੀਓ ਵੀ ਬਣਾਉਂਦਾ ਸੀਗੇ ਇਹਦੀ, ਸ਼ੋਅ ਚੇਂਜ ਕਰਦੇ ਦੀ, ਅਤੇ ਉਹ ਵੀ ਮੈਨੂੰ ਸ਼ੂਟ ਕਰਨੀ ਪੈਣੀ ਹੈ, ਅਤੇ ਮੈਂ ਕੈਮਰਾ ਕੱਢਦਾ ਸਟੈਂਡ ਲਾਉਂਦਾ ਵਾਂ, ਅਤੇ ਉਸ ਤੋਂ ਪਹਿਲਾਂ ਆਪਾਂ ਇਹਦੀਆਂ ਲਾਈਟਾਂ ਦਾ ਜਿਹੜਾ ਸਾਂਚਾ ਜਾਣਾ ਇਹ ਪ੍ਰਿੰਟ ਕਰ ਲੈਂਦੇ ਹਾਂ, ਅਤੇ ਉਦੋਂ ਬਾਅਦ ਫਿਰ ਕੈਮਰਾ ਕਰਕੇ ਸੈੱਟ, ਅਤੇ ਇਹਦੀ ਸ਼ੋਅ ਲਾਉਂਦੇ ਇਹਦੇ ਉੱਤੇ। ਐਵੇਂ ਦਾ ਰੰਗ ਹੁੰਦਾ ਜੀ। ਲਓ ਵੀ ਮੁੰਡਿਓ, 9:11 ਦੀ ਸ਼ੋਅ ਦਾ ਕੰਮ ਹੋ ਗਿਆ ਜੇ ਡਨ, ਆ ਹੋ ਗਈ ਜੇ ਫਿਟਿੰਗ ਸ਼ੋਅ ਦੀ, ਵੇਖ ਲਓ ਤੁਸੀਂ ਟ੍ਰੈਕਟਰ, ਦੱਸ ਕਿਵੇਂ ਲੱਗਣ ਦਾ ਵੇਖ ਕੇ, ਤੋਂ ਪਹਿਲਾਂ ਵੇਖ ਲਿਆ ਨਾ ਸਹੀ ਲੱਗਦਾ ਯਾਰ, ਰਿੰਗ ਲਾਈਟ ਲੱਗਦੀ। 9:11 ਹੋ ਗਿਆ ਰੇਡੀ, ਤੁਹਾਡੇ ਸਾਹਮਣੇ ਹੀ ਹੈ, ਓਕੇ ਦੀ ਰਿਪੋਰਟ ਆ ਜਾਵਾਂ। ਬਾਕੀ ਇੱਕ ਗੱਲ, ਉਹ ਹਿੱਸਾ ਸਾਰਾ ਹੀ ਬਦਲਣਾ ਪੈਣਾ ਇਹਦਾ, ਅਗਲਾ ਐਕਸਲ ਬਦਲਾਂਗੇ। ਬਾਕੀ ਇੱਦਾਂ ਪਹਿਲਾਂ ਜਿਹੜਾ 9:11 ਸੀ ਨਾ, ਉਹਦੇ 'ਤੇ ਲਿਖਿਆ ਨਹੀਂ ਸੀ HMD, ਤਾਂ ਵੀ ਉਹ ਫਿਰ ਥੋੜ੍ਹਾ ਸੋਹਣਾ ਨਹੀਂ ਸੀ ਲੱਗਦਾ ਵੇਖੋ, ਅਤੇ ਹੁਣ ਇਹਦੇ 'ਤੇ ਜਿਵੇਂ ਸਟੀਕਰ ਵੀ ਲਿਖਿਆ, ਉਹ ਕਰਨਾ ਪਿਆ ਯਾਰ, ਇੱਕ ਸਾਈਡ ਦੀ ਲਾਈਟ ਨਾ ਇਹਦੇ 'ਚ ਫਾਈਬਰਿਕ ਜ਼ਿਆਦਾ ਲੱਗ ਗਈ ਸੀ, ਉਹ ਲਾਈਟ ਵਿੱਚ ਫਸੀ ਸੀਗੀ, ਉਹ ਫਿਰ ਕੱਢ ਕੁੱਢ ਕੇ ਉਹਨੂੰ ਸੈੱਟ ਕਰਕੇ ਲਾਇਆ, ਓਕੇ ਆ। ਬਾਕੀ ਕਰਦੇ ਹਾਂ ਛੇਤੀ, ਇਹਦੇ 'ਤੇ ਵੀ ਥੋੜ੍ਹਾ ਥੋੜ੍ਹਾ ਕੰਮ ਕਰਦੇ ਰਹਾਂਗੇ। ਮੈਂ ਨਾ ਮੜਗਾੜ ਵੇਖਣ ਦਿਆਂ ਹੋਲੈਂਡ ਦੇ ਪ੍ਰਿੰਟ ਕਰਕੇ, ਜੇ ਸੋਹਣੇ ਲੱਗੇ ਨਾ ਤਾਂ ਇਹਦੇ ਮੜਗਾੜ ਵੀ ਆਪਾਂ ਥੋੜ੍ਹੇ ਜਿਹੇ ਵੱਡੇ ਕਰਾਂਗੇ, ਹੈ ਨਾ, ਵੇਖੀ ਮੜਗਾੜ ਛੋਟੇ ਨੇ ਇਹਨਾਂ ਦੇ ਸ਼ੋਅ ਦੇ ਹਿਸਾਬ ਨਾਲ, ਅਤੇ ਆਪਣਾ ਇਹਦਿਆਂ ਦੇ ਮੜਗਾੜ ਵੀ ਥੋੜ੍ਹੇ ਜਿਹੇ ਵੱਡੇ ਕਰ ਦਾਂਗੇ। ਬਾਕੀ ਕਿਹੜਾ ਹੁਣੇ ਕਰਨ ਦਾ ਆ, ਅੱਗੇ ਕਰਾਂਗੇ ਜੇ ਟਾਈਮ ਮਿਲਿਆ ਤਾਂ, ਜਾਂ ਟਾਈਮ ਹੋਇਆ ਆਪਣੇ ਕੋਲ, ਠੀਕ ਹੈ। ਅਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਓ 9:11 ਕਿੱਦਾਂ ਦਾ ਲੱਗਣ ਦਿਆ ਵੇਖਣ 'ਚ, ਠੀਕ ਹੈ ਜੀ। ਅਤੇ ਹੁਣ ਇੱਕ ਵਾਰੀ ਕਰ ਦਈਏ ਆਪਾਂ ਬੰਦ ਇਹਨੂੰ, ਅਤੇ ਬਾਕੀ ਅੱਜ ਦਾ ਵਲੋਗ ਆਪਣਾ ਇੱਥੋਂ ਤੱਕ ਹੀ ਸੀਗਾ। ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਜਿਹੜੇ ਵੀ ਚੈਨਲ ਦੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਵਲੋਗ ਕਿੱਦਾਂ ਦਾ ਲੱਗਾ ਕਮੈਂਟ ਜ਼ਰੂਰ ਕਰਿਓ। ਅਤੇ ਬਸ ਹੁਣ ਮੈਂ ਕੈਮਰਾ ਕੁਮਰਾ ਚੱਕਦਾ ਸਾਰਾ, ਅਤੇ ਹੋਲੈਂਡ ਦੇ ਮੜਗਾੜ ਪ੍ਰਿੰਟ ਕਰਨੇ ਲਾਉਣਾ, ਅਤੇ ਸਵੇਰ ਵਾਲੇ ਵਲੋਗ 'ਚ ਫਿਰ ਵੇਖੋ ਕੀ ਕਰਦੇ ਹਾਂ। ਅਤੇ ਵੈਸੇ ਸਾਡਾ ਅਰਜਨ ਦੇ ਸਮੋਕ ਸਿਸਟਮ ਵੀ ਅਜੇ ਪੈਂਡਿੰਗ ਪਿਆ ਹੈ, ਹੁਣ ਉਹ ਵੇਖੋ ਕਦੋਂ ਕਰਦੇ ਹਾਂ। ਮੈਨੂੰ ਇਹ ਆ ਥੋੜ੍ਹਾ ਜਿਹਾ ਜਿਵੇਂ ਝੋਨੇ ਵਾਲਾ ਸੀਜ਼ਨ ਸਟਾਰਟ ਹੋ ਜਾਣਾ, ਜਦੋਂ ਝੋਨਾ ਵੱਢਣ ਹੋਇਆ ਉਦੋਂ ਫਿਰ ਨਾਲੇ ਸਲੰਸਰ ਫਿੱਟ ਕਰ ਲਾਂਗੇ, ਅਤੇ ਟਰੈਕਟਰ ਵੀ ਉਦੋਂ ਥੋੜ੍ਹਾ ਜਿੱਦਾਂ ਗਰਮ ਰਹੂਗਾ, ਵੀ ਜ਼ਿਆਦਾ ਰੇਸਾਂ ਨਹੀਂ ਦੇਣੀਆਂ ਪੈਣਗੀਆਂ ਆਪਾਂ ਨੂੰ, ਅਤੇ ਉਦੋਂ ਫਿਰ ਸਿਸਟਮ ਚਲਾਵਾਂਗੇ, ਜਾਂ ਜਿਵੇਂ ਜਦੋਂ ਪੈਲੀ ਪਾਵਾਂਗੇ ਉਦੋਂ ਸਿਸਟਮ ਚਲਾ ਲਾਂਗੇ। ਅਤੇ ਇੱਦਾਂ ਦਾ ਮੇਰਾ ਪਲੈਨ ਹੈ, ਕਿਉਂਕਿ ਮੌਕੇ 'ਤੇ ਆਪਣੇ ਕੋਲ ਟਾਈਮ ਹੈ ਨਹੀਂਗਾ, ਕਿਉਂਕਿ ਹੁਣ ਮੈਂ ਇਹ ਮਾਡਲਾਂ 'ਤੇ ਕੰਮ ਕਰਦੇ ਹਾਂ, ਇਸ ਕਰਕੇ ਮੈਂ ਥੋੜ੍ਹਾ ਜਿਹਾ ਡਿਲੇ ਕਰਨ ਦਿਆ ਸੀ ਕੰਮ, ਬਾਕੀ ਕਰਾਂਗੇ ਜ਼ਰੂਰ, ਸਿਸਟਮ ਚੈੱਕ ਜ਼ਰੂਰ ਕਰਾਂਗੇ, ਠੀਕ ਹੈ ਜੀ। ਚਲੋ ਜੀ, ਮਿਲਦੇ ਹਾਂ ਸਵੇਰੇ ਨਵੇਂ ਵਲੌਗ 'ਚ।